ਮਾਰਸ਼ਲ ਆਰਟ ਗੇਮ ਵਿੱਚ ਸੰਗਰੂਰ ਦੀਆਂ ਤਿੰਨ ਬੇਟੀਆਂ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਬੰਗਲਾਦੇਸ਼ ਢਾਕਾ ਵਿੱਚ ਹੋਏ ਏਸ਼ੀਆ ਲੈਵਲ ਦੇ ਮੁਕਾਬਲਿਆਂ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾ ਕੇ 4 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ 1 ਬ੍ਰਾਊਨ ਮੈਡਲ ਹਾਸਲ ਕੀਤਾ ਹੈ। ਇਹ ਤਿੰਨੇ ਗੋਲਡ ਸੰਗਰੂਰ ਦੀਆਂ ਬੇਟੀਆਂ ਦੇ ਨਾਂ ਹੋਏ ਹਨ। ਪੰਜਾਬ ਵਿੱਚੋਂ 7 ਖਿਡਾਰੀਆਂ ਨੇ ਹਿੱਸਾ ਲਿਆ ਸੀ। ਸੰਗਰੂਰ ਸੁਨਾਮ ਪਹੁੰਚਣ 'ਤੇ ਰੇਲਵੇ ਸਟੇਸ਼ਨ 'ਤੇ ਇਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਪਲੇਅਰ ਨਵਜੋਤ ਕੌਰ, ਮਨਜੋਤ ਕੌਰ ਅਤੇ ਸਟੇਟ ਸੈਕਟਰੀ ਪਰਮਜੀਤ ਸਿੰਘ ਨੇ ਕਿਹਾ। ਕੀ ਨਾਮ ਹੈ? ਮਨਜੋਤ ਕੌਰ। ਮਨਜੋਤ ਕੌਰ ਜੀ, ਕਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ ਹੈ, ਕਿਵੇਂ ਪੇਰੈਂਟਸ ਨੇ ਤੁਹਾਡੀ ਹੈਲਪ ਕੀਤੀ ਹੈ, ਅੱਗੇ ਕੀ ਚਾਹੁੰਦੇ ਤੁਸੀਂ? ਜੀ, ਮੈਨੂੰ 4 ਸਾਲ ਹੋ ਗਏ ਦਰਅਸਲ ਇਹ ਗੇਮ ਕਰਦੀ ਨੂੰ, ਅਤੇ ਮੇਰਾ ਸਾਰਾ ਖਰਚਾ ਮੇਰੇ ਪੇਰੈਂਟਸ ਹੀ ਕਰਦੇ ਆ, ਅਤੇ ਬਹੁਤ ਹੀ ਜ਼ਿਆਦਾ ਖਰਚਾ ਪੈਂਦਾ ਗੇਮ ਦਾ, ਅਤੇ ਸਰਕਾਰ ਵੱਲੋਂ ਕਦੇ ਕੋਈ ਮਦਦ ਨਹੀਂ ਕੀਤੀ ਗਈ। ਅਤੇ ਸਾਡੇ ਪ੍ਰਿੰਸੀਪਲ ਨੇ ਰਕੇਸ਼, ਉਹ ਸਾਡੀ ਥੋੜ੍ਹੀ ਜਿਹੀ ਹੈਲਪ ਕਰਦੇ ਆ, ਅਤੇ ਉਸ ਤੋਂ ਬਾਅਦ ਸਾਡੇ ਕੋਚ ਸਰ ਪਰਮਜੀਤ ਸਰ, ਉਹਨਾਂ ਨੇ ਵੀ ਬਹੁਤ ਹੈਲਪ ਕੀਤੀ। ਅਸੀਂ ਗੌਰਮੈਂਟ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪ੍ਰੋਵਾਈਡ ਕੀਤਾ ਹੋਵੇ ਗਰਾਊਂਡ, ਇੱਕ ਰੀਨਾ ਪ੍ਰੋਵਾਈਡ ਕੀਤੀ ਹੋਵੇ, ਅਤੇ ਇਸ ਦੇ ਵਿੱਚ ਜੋ ਵੀ ਇਕਿਪਮੈਂਟਸ ਹੁੰਦੇ ਨੇ ਉਹ ਵੀ ਸਾਨੂੰ ਪ੍ਰੋਵਾਈਡ ਕੀਤੇ ਹਨ, ਅਤੇ ਇਸ ਦੇ ਵਿੱਚ ਜਿਹੜੀ ਵੀ ਚੀਜ਼ ਦੀ ਸਾਨੂੰ ਲੋੜ ਪੈਂਦੀ ਉਹ ਦਿੱਤੀ ਜਾਵੇ। ਕਿਹੜੀ ਕੰਟਰੀ ਨਾਲ ਤੁਹਾਡਾ ਮੁਕਾਬਲਾ ਹੋਇਆ ਸੀ? ਜੀ, ਮੇਰਾ ਫਸਟ ਹੋਇਆ ਸੀਗਾ ਪਾਕਿਸਤਾਨ ਨਾਲ, ਉਸ ਤੋਂ ਬਾਅਦ ਹੋਇਆ ਸੀ ਕੋਮਬੀਆ ਨਾਲ, ਉਸ ਤੋਂ ਬਾਅਦ ਬਾਂਗਲਾਦੇਸ਼ ਨਾਲ ਫਾਈਨਲ ਹੋਇਆ ਸੀ ਜੀ। ਅੱਛਾ, ਉਹਦੇ 'ਚ ਕੀ ਪੋਜੀਸ਼ਨ ਆਈ ਹੈ ਤੁਹਾਡੀ? ਜੀ, ਫਾਈਨਲ ਦੇ ਵਿੱਚ ਫਸਟ ਆਈ ਹੈ ਜੀ, ਗੋਲਡ ਮੈਡਲ। ਇਸ ਤਰ੍ਹਾਂ ਕ੍ਰਿਕਟ ਨੂੰ ਸਰਕਾਰ ਵੀ ਪ੍ਰਫੁੱਲਿਤ ਕਰਦੀ ਹੈ, ਲੋਕ ਵੀ ਉਹ ਕਰਦੇ ਨੇ, ਤੁਸੀਂ ਨਹੀਂ ਸਮਝਦੇ ਵੀ ਇਹ ਜਿਹੜੀ ਦੂਸਰੀਆਂ ਗੇਮਾਂ ਨੇ ਵੀ ਉਹਨਾਂ ਨੂੰ ਸਰਕਾਰ ਇਗਨੋਰ ਕਰਦੀ ਹੈ? ਹਾਂਜੀ, ਕ੍ਰਿਕਟ ਦੀ ਦਰਅਸਲ ਕ੍ਰਿਕਟ ਨੂੰ ਜ਼ਿਆਦਾਤਰ ਮੇਨਲੀ ਪ੍ਰੋਵਾਈਡ ਕੀਤਾ ਜਾਂਦਾ, ਬਟ ਕ੍ਰਿਕਟ ਦੀ ਕੋਈ ਆਪਾਂ ਦੇਖ ਸਕਦੇ ਹਾਂ ਕੋਈ ਜ਼ਿਆਦਾ ਮੇਨਲੀ ਉਹ ਨਹੀਂ ਹੁੰਦੀ, ਕੋਈ ਆਪਾਂ ਉਸਨੂੰ ਆਪਣੇ ਲਾਈਫ ਦੇ ਵਿੱਚ ਹੈਲਪਫੁੱਲ ਨਹੀਂ ਹੁੰਦੀ ਹੋਈ, ਬਟ ਇਹ ਗੇਮ ਮਾਰਸ਼ਲ ਆਰਟ ਹੈਲਪਫੁੱਲ ਹੈ, ਇਹ ਸੈਲਫ ਡਿਫੈਂਸ ਹੈ, ਕੁੜੀਆਂ ਲਈ ਸਭ ਤੋਂ ਵੱਧ ਜ਼ਰੂਰੀ ਹੈ ਆਤਮ ਰੱਖਿਆ, ਇਸ ਲਈ ਇਹ ਗੇਮ ਨੂੰ ਜ਼ਿਆਦਾ ਪ੍ਰੋਵਾਈਡ ਕਰਨਾ ਚਾਹੀਦਾ। ਤੁਸੀਂ ਸਮਝਦੇ ਹੋ ਵੀ ਇਹਦੇ ਨਾਲ ਜਿਸ ਤਰ੍ਹਾਂ ਜੇ ਗੇਮਾਂ ਕਰਨਗੇ ਬੱਚੇ ਵੀ ਨਸ਼ੇ ਤੋਂ ਵੀ ਦੂਰ? ਹਾਂਜੀ ਹਾਂਜੀ। ਆ ਜਾਓ। ਕੀ ਨਾਮ ਹੈ? ਨਵਜੋਤ ਕੌਰ। ਨਵਜੋਤ ਕੌਰ ਜੀ, ਤੁਸੀਂ ਇਹ ਗੇਮ ਕਿਸ ਤਰ੍ਹਾਂ ਦੀ ਗੇਮ ਹੈ, ਕਿਸ ਤਰ੍ਹਾਂ ਇਹਨੂੰ ਖੇਡਦੇ ਹੋ, ਕਿੰਨੇ ਜਿਹੜੇ ਨੇ ਸੰਗਰੂਰ ਜ਼ਿਲ੍ਹੇ ਦੇ ਇਹਦੇ ਵਿੱਚ ਮੈਡਲ ਲੈ ਕੇ ਆਏ ਨੇ? ਇਹਦੇ ਵਿੱਚ ਆਪਣੇ 5 ਬੱਚਿਆਂ ਦੇ ਗੋਲਡ ਮੈਡਲ ਆਏ ਨੇ, ਇਹਦੇ ਵਿੱਚ 2 ਆਪਣੇ, 1 ਦਾ ਸਿਲਵਰ, 1 ਦਾ ਬ੍ਰਾਊਨ ਮੈਡਲ ਆਇਆ ਮੁੰਡਿਆਂ 'ਚ ਵੀ, ਆਪਣੇ 3 ਗਰਲਸ ਗਈਆਂ ਸੀ, ਤਿੰਨਾਂ ਦਾ ਹੀ ਗੋਲਡ ਮੈਡਲ ਆਇਆ, ਇਹ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਲਈ, ਜਿੱਥੇ ਅੱਜ ਕੁੜੀਆਂ ਨੂੰ ਪਿੱਛੇ ਰੱਖਿਆ ਜਾ ਰਿਹਾ ਉੱਥੇ ਸਾਡੀਆਂ ਕੁੜੀਆਂ ਅੱਗੇ ਤਰੱਕੀ ਕਰ ਰਹੀਆਂ ਨੇ, ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰ ਰਹੀਆਂ ਨੇ। ਕੀ ਹੈ ਗੇਮ ਦੇ ਵਿੱਚ, ਕੀ ਹੈ ਇਹ ਗੇਮ ਦੇ ਵਿੱਚ? ਸਪੈਸ਼ਲੀ ਕੁੜੀਆਂ ਨੂੰ ਅੱਗੇ ਵਧਣ ਲਈ, ਸੈਲਫ ਡਿਫੈਂਸ ਲਈ ਦੱਸਿਆ ਜਾਂਦਾ ਹੈ ਮੇਨਲੀ, ਜਿਹੜੀ ਵੀ ਗੇਮ ਹੁੰਦੀ ਹੈ ਆਪਣੀ ਮਾਰਸ਼ਲ ਆਰਟ ਗੇਮ, ਇਹ ਮੇਨਲੀ ਇਹਦੇ ਵਿੱਚ ਦੱਸਿਆ ਜਾਂਦਾ ਕੁੜੀ ਆਪਣੀ ਆਤਮ ਰੱਖਿਆ ਕਿਸ ਤਰ੍ਹਾਂ ਕਰ ਸਕਦੀ ਹੈ। ਇਹਦੇ ਵਿੱਚ ਮੇਨਲੀ ਆਪਾਂ ਨੂੰ ਸਾਰੇ ਦੱਸਿਆ ਜਾਂਦਾ ਵੀ ਆਪਾਂ ਕਿਸ ਤਰ੍ਹਾਂ ਆਤਮ ਰੱਖਿਆ ਕਰਨੀ ਆਪਣੀ, ਕਿਉਂਕਿ ਅੱਜ ਕੱਲ੍ਹ ਕੁੜੀਆਂ ਨੂੰ ਸੈਲਫ ਡਿਫੈਂਸ ਸਿੱਖਣਾ ਜ਼ਿਆਦਾ ਜ਼ਰੂਰੀ ਹੋ ਗਿਆ। ਕਿਸ ਤਰ੍ਹਾਂ ਤੁਸੀਂ ਪੜਾਅ ਪਾਰ ਕੀਤੀ ਨੇ ਜੀ? ਕਿੱਥੇ? ਪਹਿਲਾਂ ਡਿਸਟ੍ਰਿਕਟ ਹੋਈ ਸੀ ਸਰ ਇਹਦੀ ਸੁਨਾਮ ਦੇ ਵਿੱਚ, ਇਸ ਤੋਂ ਬਾਅਦ ਚੀਮੇ ਹੋਈ ਸੀ ਸਟੇਟ, ਇਸ ਤੋਂ ਬਾਅਦ ਸਰ ਸ਼੍ਰੀੜੀ ਦੇ ਵਿੱਚ ਹੋਈ ਸੀ ਇਹਦੀ ਨੈਸ਼ਨਲ, ਉਸ ਤੋਂ ਬਾਅਦ ਸਾਡੀ ਸਿਲੈਕਸ਼ਨ ਹੋਈ ਹੈ ਬੰਗਲਾਦੇਸ਼ ਦੇ ਫੈਡਰੇਸ਼ਨ ਵੱਲੋਂ, ਸਰਕਾਰ ਗੌਰਮੈਂਟ ਵੱਲੋਂ ਸਾਡੇ ਲੈਟਰ ਆਇਆ ਸੀ, ਅਪੋਇੰਟਮੈਂਟ ਲੈਟਰ ਸਰ, ਉਹਨਾਂ ਵੱਲੋਂ ਸਾਡੀ ਸਿਲੈਕਸ਼ਨ ਕੀਤੀ ਗਈ ਅਤੇ ਸਾਨੂੰ ਉੱਥੇ ਖੇਡਣ ਦਾ ਮੌਕਾ ਮਿਲਿਆ ਸਰ ਇੰਟਰਨੈਸ਼ਨਲ ਲੈਵਲ 'ਤੇ, ਅਤੇ ਉਹ ਇੰਟਰਨੈਸ਼ਨਲ ਲੈਵਲ 'ਤੇ ਅਸੀਂ ਸਾਰੇ ਤਿੰਨਾਂ ਗਰਲਸ ਨੇ ਹੀ ਗੋਲਡ ਮੈਡਲ ਪ੍ਰਾਪਤ ਕੀਤਾ ਸਰ। ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਦੀ, ਕਿੰਨਾ ਕੁ ਆਪਣੇ ਵੱਲੋਂ ਐਫਰਟਸ ਕੀਤੇ ਨੇ ਤੇ ਪੇਰੈਂਟਸ ਨੇ ਕੀਤੇ ਨੇ? ਸਰ ਪੇਰੈਂਟਸ ਅੱਜ ਤੱਕ ਖਰਚਾ ਸਾਡਾ ਪੇਰੈਂਟਸ ਲਾਉਂਦੇ ਆਏ ਨੇ, ਬਾਵਜੂਦ ਕਿ ਸਾਡੇ ਪੇਰੈਂਟਸ ਨੇ ਟੋਟਲੀ ਖਰਚਾ ਸਰਕਾਰ ਵੱਲੋਂ ਸਾਨੂੰ ਕੋਈ ਵੀ ਖਰਚਾ ਨਹੀਂ ਦਿੱਤਾ ਗਿਆ, ਬਾਪੂ ਜੀ ਜ਼ਰੂਰ ਸਾਡੀ ਮਦਦ ਕਰਦੇ ਨੇ, ਇਹਨਾਂ ਨੇ ਸਾਡੀ ਮਦਦ ਕੀਤੀ ਹੈ, ਪਰ ਬਾਈ ਚਾਂਸ ਕਿਤੇ ਨਾ ਕਿਤੇ ਸਾਨੂੰ ਖੁਦ ਨੂੰ ਆਪ ਕਰਨਾ ਅਫੋਰਡ ਨਹੀਂ ਕਰ ਸਕਦੇ ਬਾਪੂ ਜੀ ਦੇ ਵਾਸਤੇ, ਕਿਉਂਕਿ ਖਰਚਾ ਜ਼ਿਆਦਾ ਹੋ ਜਾਂਦਾ, ਅਸੀਂ ਸਮਝਦੇ ਹਾਂ ਗੱਲ ਨੂੰ। ਇੱਕ ਸਾਡੇ ਲਈ ਮੇਨਲੀ ਮੰਗ ਸਾਡੀ ਇਹ ਵੀ ਸਾਨੂੰ ਕੁੜੀਆਂ ਨੂੰ ਸਪੈਸ਼ਲੀ ਇੱਕ ਗਰਾਊਂਡ ਦਿੱਤਾ ਜਾਵੇ ਜਿੱਥੇ ਅਸੀਂ ਆਪਣੀ ਖੁਦ ਦੀ ਪ੍ਰੈਕਟਿਸ ਕਰ ਸਕੀਏ, ਕਿਉਂਕਿ ਪਿੰਡਾਂ ਦੇ ਵਿੱਚ ਨਾ ਤਾਂ ਕੁੜੀਆਂ ਨੂੰ ਪ੍ਰੋਵਾਈਡ ਗੇਮ ਲਈ ਪ੍ਰੋਵਾਈਡ ਕੀਤਾ ਜਾਂਦਾ ਇਹ ਗਰਾਊਂਡ, ਅਸੀਂ ਗਰਾਊਂਡ ਦੀ ਹੀ ਮੇਨਲੀ ਮੰਗ ਰੱਖਦੇ ਹਾਂ, ਅਤੇ ਇਹ ਗੇਮਾਂ ਨੂੰ ਅੱਗੇ ਵਧਣ ਦੇ ਲਈ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਇਹ ਗੇਮਾਂ ਨੂੰ ਅੱਗੇ ਪ੍ਰਫੁੱਲਿਤ ਕੀਤਾ ਜਾਵੇ। ਕੀ ਕਰ ਸਕਦੇ ਹੋ ਇਸ ਗੇਮ ਰਾਹੀਂ ਕਿਸੇ ਅੱਗੇ ਇੰਟਰਨੈਸ਼ਨਲ ਵਰਲਡ ਲੈਵਲ? ਇਸ ਗੇਮ ਰਾਹੀਂ ਅਸੀਂ ਪਹਿਲਾਂ ਤਾਂ ਆਤਮ ਰੱਖਿਆ ਕਰ ਸਕਦੇ ਹਾਂ, ਖੁਦ ਕੁੜੀਆਂ ਆਪਣੀ ਆਤਮ ਰੱਖਿਆ ਖੁਦ ਕਰ ਸਕਦੇ ਹਨ, ਕਿਸੇ ਵੀ ਮੈਡਲ ਲੈ ਕੇ ਆ ਸਕਦੇ ਜਿਹਦੇ ਨੂੰ ਸਰਕਾਰ ਵੱਲੋਂ ਸੁਵਿਧਾਵਾਂ ਮਿਲਣ? ਯੈਸ, ਲੈ ਕੇ ਆਵਾਂਗੇ, ਕਿਉਂ ਨਹੀਂ ਲੈ ਕੇ ਆਵਾਂਗੇ, ਅਸੀਂ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਾਂਗੇ ਸਰ ਜੇ ਸਾਡੀ ਸਰਕਾਰ ਮਦਦ ਕਰਦੀ ਹੈ। ਇਹ ਜੀ ਮੈਂ ਕੁੰਕੂ ਵਿਸ਼ੋ ਗੇਮ ਖੇਡਦਾ, ਇਸ 'ਚ ਮੇਰੀ ਗੋਲਡ ਪੋਜੀਸ਼ਨ ਆਈ ਹੈ। ਇਹਦੇ ਨਾਲ ਤੁਹਾਡੀ ਟਾਈ ਪਈ ਸੀਗੀ? ਮੇਰੀ ਪਹਿਲੀ ਪਾਕਿਸਤਾਨ ਨਾਲ, ਦੂਸਰੀ ਬੁਡਾਨ ਨਾਲ ਔਰ ਤੀਸਰੀ ਬੰਗਲਾਦੇਸ਼ ਨਾਲ ਜੀ ਫਾਈਨਲ, ਇਸ 'ਚ ਗੋਲਡ ਆਈ ਤੀਸਰੀ ਪੋਜੀਸ਼ਨ। ਕਹਿਣਾ ਚਾਹੂੰਗਾ ਜਿਸ ਤਰ੍ਹਾਂ ਪੰਜਾਬ ਦੇ ਯੂਥ ਨੂੰ ਕਹਿ ਜਾਂਦਾ ਵੀ ਨਸ਼ੇ ਦੇ ਵਿੱਚ ਡੁੱਬ ਗਿਆ? ਹਾਂਜੀ, ਪੰਜਾਬ ਨੂੰ ਬਹੁਤ ਮਾੜਾ ਕਿਹਾ ਜਾਂਦਾ ਹਰੇਕ ਪੱਧਰ 'ਤੇ ਵੀ ਪੰਜਾਬ ਨੂੰ ਨਸ਼ੇ ਬਾਰੇ ਬਹੁਤ ਜ਼ਿਆਦਾ ਕਹਿ ਰਹੇ ਨੇ, ਪਰ ਇਹ ਨਸ਼ਾ ਗਲਤ ਹੈ ਜੀ, ਕਿਉਂਕਿ ਪੰਜਾਬ ਦੀ ਜਿਹੜੀ ਯੂਥ ਹੈ ਉਹ ਬਹੁਤ ਜ਼ਿਆਦਾ ਸਪੋਰਟਸ 'ਚ ਪੈ ਚੁੱਕੀ ਹੈ,
ਪਰ ਪੰਜਾਬ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਹੈ ਜੀ। ਤੁਸੀਂ ਸਮਝਦੇ ਵੀ ਸਪੋਰਟਸ ਵੱਲ ਵਧਣਾ ਚਾਹੀਦਾ? ਹਾਂਜੀ, ਵਧਣਾ ਚਾਹੀਦਾ ਪੂਰਾ ਜੀ। ਸਰਕਾਰ ਤੋਂ ਕੀ ਡਿਮਾਂਡ ਕਰਦੇ ਹੁਣ? ਮੰਨ ਲਓ ਤੁਹਾਡੀ ਕਿਸ ਤਰ੍ਹਾਂ ਦੀ ਕੋਈ ਮਦਦ ਕੀਤੀ ਗਈ ਹੈ ਅਤੇ ਹੁਣ ਤੁਸੀਂ ਆਏ ਹੋ ਟ੍ਰੇਨ ਦੇ ਵਿੱਚ ਆਏ ਹੋ, ਇਹਨੂੰ ਪ੍ਰਫੁੱਲਿਤ ਕਰਨ ਲਈ ਕੀ ਕਰਨਾ ਚਾਹੀਦਾ? ਹਾਂਜੀ, ਇੱਕ ਤਾਂ ਪਿੰਡਾਂ 'ਚ ਗਰਾਊਂਡ ਨਹੀਂ ਹੈਗੇ, ਚੰਗੀ ਤਰ੍ਹਾਂ ਕੋਈ ਕੋਚਿੰਗ ਹੈ ਨਹੀਂ ਜੀ, ਅਤੇ ਕੋਈ ਯੂਥ ਨੂੰ ਵੀ ਮਿਲਦਾ ਨਹੀਂ ਜੀ। ਯੂਥ ਫਿਰ ਪੁੱਠੇ ਕੰਮਾਂ ਵਾਸਤੇ ਭੱਜਦੀ ਹੈ, ਪਰ ਸਰਕਾਰ ਸਾਨੂੰ ਕੋਈ ਮਦਦ ਤਾਂ ਕਰ ਨਹੀਂ ਰਹੀ। ਪੂਰੀ ਪੇਰੈਂਟਸ ਸਾਡੇ ਪੈਸੇ ਲਾਉਂਦੇ ਨੇ ਜੀ, ਅੱਜ ਤੱਕ 4 ਸਾਲ ਹੋ ਗਏ ਜੀ, ਘਰੋਂ ਪੈਸੇ ਲੱਗ ਰਹੇ ਪੇਰੈਂਟਸ ਦੇ। ਠੀਕ, ਕੀ ਨਾਮ ਹੈ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਰਮਜੀਤ ਹੈ ਜੀ, ਅਤੇ ਪਰਮਜੀਤ ਹੈ ਮੇਰਾ ਨਾਮ, ਅਤੇ ਮੈਂ ਕੁੰਗਫੂ ਵੁਸ਼ੂ ਦਾ ਸਟੇਟ ਦਾ ਸੈਕਟਰੀ ਹਾਂ ਪੰਜਾਬ ਦਾ। ਅਤੇ ਇਹਦੀ ਜਿਹੜੀ ਡਿਲਾ ਹੋਈ ਸੀ ਉਹ ਸੁਨਾਮ ਵਿਖੇ ਹੋਈ ਸੀ ਕੁੰਗਫੂ ਵੁਸ਼ੂ ਦੀ, ਉਸ ਤੋਂ ਬਾਅਦ ਇਹਦੀ ਸਟੇਟ ਅਕਾਲ ਅਕੈਡਮੀ ਚੀਮਾ ਵਿਖੇ ਖੇਡੀ ਗਈ, ਜਿੱਥੇ 400 ਬੱਚੇ ਨੇ ਪਾਰਟੀਸਪੇਟ ਕੀਤਾ ਸੀ। ਉਸ ਤੋਂ ਬਾਅਦ ਉੱਥੇ ਬੱਚੇ ਦੇ ਜਿਹੜੇ ਸਿਲੈਕਟ ਹੋਏ ਸੀ ਉਹ ਨੈਸ਼ਨਲ ਖੇਡੇ ਸੀ ਸ਼ਿਰਡੀ ਜਾ ਕੇ। ਸ਼ਿਰਡੀ ਤੋਂ ਬਾਅਦ ਜਿਹੜੇ ਬੱਚੇ ਦੀ ਸਿਲੈਕਸ਼ਨ ਹੋਈ ਉਹਨਾਂ ਵਿੱਚੋਂ ਮੇਰੇ ਜ਼ਿਲ੍ਹੇ ਦੇ ਸੰਗਰੂਰ ਡਿਸਟ੍ਰਿਕਟ ਦੇ 4-6 ਬੱਚੇ ਅਤੇ 1 ਅੰਮ੍ਰਿਤਸਰ ਤੋਂ 7 ਬੱਚਿਆਂ ਨੇ ਪੰਜਾਬ ਤੋਂ ਪਾਰਟੀਸਪੇਟ ਕੀਤਾ ਸੀ ਬੰਗਲਾਦੇਸ਼ ਵਿੱਚ, ਬੰਗਲਾਦੇਸ਼ ਢਾਕਾ ਵਿਖੇ ਹੋਈ। ਅਤੇ ਉੱਥੇ ਸਾਡੇ 4 ਗੋਲਡ, 1 ਸਿਲਵਰ ਅਤੇ 1 ਬਰਾਊਨ ਮੈਡਲ ਸਾਡੇ ਬੱਚਿਆਂ ਨੇ ਹਾਸਲ ਕੀਤਾ। ਇਹ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ ਸੀ ਬੰਗਲਾਦੇਸ਼ ਵਿੱਚ। ਹਾਂਜੀ, ਸਰਕਾਰ ਦਾ ਸਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਮਿਲਿਆ। ਲੋਕਲ ਸਾਡੇ ਜਿਹੜੇ ਲੀਡਰ ਸਾਹਿਬਾਨ ਨੇਗੇ, ਜਿੱਦਾਂ ਪ੍ਰਧਾਨ ਜੀ ਖੜ੍ਹੇ ਨੇਗੇ, ਸਾਡੇ ਮਾਸਟਰ ਜੀ ਆਪ ਸਿੰਘ ਜੀ ਟੋਲ ਨੇ, ਇਹ ਸਾਡੀ ਮਦਦ ਕਰਦੇ ਰਹਿੰਦੇ ਨੇਗੇ, ਇਹ ਟੀਮ ਇੰਚਾਰਜ ਵੀ ਸੀਗੇ, ਅਤੇ ਇੱਦਾਂ ਦੀ ਮਦਦ ਸਾਨੂੰ ਮਿਲਦੀ ਰਹਿੰਦੀ ਆ। ਪਰ ਗਵਰਨਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਕਦੇ ਵੀ ਨਹੀਂ ਮਿਲੀ। ਇਸ ਤੋਂ ਬਾਅਦ ਸਾਡੀ ਸਿੰਗਾਪੁਰ ਵਿਖੇ ਹੋਣੀ ਹੈ ਜੀ, ਉਹ ਇਹ ਏਸ਼ੀਆ ਸੀ ਸਾਡਾ, ਅਤੇ ਉਹ ਸਾਡਾ ਵਰਲਡ ਹੋਣਾ, ਮਤਲਬ ਕਿ ਇੰਟਰਨੈਸ਼ਨਲ ਹੋਣਾ, ਸਾਡਾ ਇੰਟਰਨੈਸ਼ਨਲ ਵਰਲਡ ਟੂਰਨਾਮੈਂਟ ਹੋਣਾ। ਉਹਦੀ ਹਾਲੇ ਡੇਟ ਫਿਕਸ ਨਹੀਂ ਹੋਈ, ਉਹ ਮੀਟਿੰਗ ਹੋਏਗੀ ਸਰ। ਉਸ ਤੋਂ ਬਾਅਦ ਖਰਚਾ ਸਾਰੇ ਪੇਰੈਂਟਸ ਹੀ ਖੁਦ ਕਰਦੇ ਨੇ ਜੀ ਬੱਚਿਆਂ ਦਾ ਖਰਚਾ, ਅਤੇ ਈਵਨ ਕਿ ਮਤਲਬ ਜਿਹੜੇ ਆਫਿਸ਼ਲ ਸਾਹਿਬਾਨ ਸਾਡੇ ਨਾਲ ਜਾਂਦੇ ਨੇ ਉਹ ਵੀ ਆਪਣੇ ਖਰਚੇ ਖੁਦ ਹੀ ਕਰਦੇ ਨੇ। ਸਰਕਾਰ ਤੋਂ ਅਸੀਂ ਚਾਹੁੰਦੇ ਜਿਵੇਂ ਸਾਡੀ ਕੰਪੂਸ਼ ਜਿਹੜੀ ਗੇਮ ਹੈ SJFI ਵੱਲੋਂ, ਸਾਡੀ SJFI ਵੱਲੋਂ ਸਾਡਾ ਓਰੀਏਸ਼ਨ ਕੈਂਪ ਵੀ ਲੱਗ ਚੁੱਕਿਆ ਇਸ ਸਾਲ। ਸਾਨੂੰ ਪੂਰੀ ਸੰਭਾਵਨਾ ਸੀ ਵੀ ਇਹ ਗੇਮ ਸਾਡੀ ਸਕੂਲ ਗੇਮ ਵਿੱਚ ਸ਼ਾਮਲ ਹੋ ਜੂ, ਪਰ ਹਾਲੇ ਤੱਕ ਹੋਈ ਨਹੀਂ। ਅਸੀਂ ਮੰਗ ਕਰਦੇ ਹਾਂ ਵੀ ਸਾਡੀ ਗੇਮ ਨੂੰ ਸਕੂਲ ਗੇਮ ਵਿੱਚ ਵੀ ਸ਼ਾਮਲ ਕੀਤਾ ਜਾਵੇ, ਅਤੇ ਜੋ ਸਾਡੇ ਬੱਚਿਆਂ ਨੂੰ ਮਿਲਣਾ ਚਾਹੀਦਾ, ਜਿੱਦਾਂ 75% ਦਾ ਕਿਰਾਇਆ ਮਾਫ਼ ਹੁੰਦਾ ਬੱਚਿਆਂ ਦਾ, ਉੱਦਾਂ ਸਾਡੇ ਬੱਚਿਆਂ ਦਾ ਕਿਰਾਇਆ ਵੀ ਮਾਫ਼ ਹੋਣਾ ਚਾਹੀਦਾ, ਕਿਉਂਕਿ ਸਾਡੇ ਬੱਚੇ ਬਹੁਤ ਪ੍ਰਤਿਭਾਸ਼ਾਲੀ ਨੇ ਅਤੇ ਬਿਲਕੁਲ ਜੈਨੂਇਨ ਤਰੀਕੇ ਨਾਲ ਖੇਡ ਕੇ ਜੈਨੂਇਨ ਤਰੀਕੇ ਨਾਲ ਮੈਡਲ ਹਾਸਲ ਕਰਕੇ ਆਏ ਨੇ।